स्कूल च पढ़ते पुत ने दिता खौफनाक वारदात नु अंजाम। कमरे च बंद करके बुजुर्ग दादा दादी दा देखो की करता हाल। पिंड च बनिया खौफनाक मंजर देख लोक भी कंपे। कहंदे ने कि दादा दादी अपने पोते पोतियां नु काफी लाड लड़ाउंदे ने, उन्हां दी हर ख्वाहिशां पूरियां करन दी कोशिश करदे ने। ओथे जे पोते पोतियां दी वी गल कीती जावे तां ओह वी उन्ना ही प्यार अपने दादे दादी नु करदे ने। पर इस तो ही उल्ट ए जो दिल दहला देण वालियां तस्वीरां समराला दे पिंड लाल कला तो सामने आ रहियां ने, ए तां कुछ होर ही बयान कर रहियां हन। जिथे स्कूल च पढ़ते पोते वालों अजिही वारदात नूं अंजाम दिता गया कि सुनन वालियां दी रूह ही कंब गई। जी हाँ, मामला ही कुछ अजिहा कि सुन तो हाडे भी होश फाकता हो जाणगे। दरअसल जालम पोते वालों अपने दादा दादी दा गंडासे ते कुल्हाड़ी दे नाल बेरहमी दे नाल कतल कर दिता, जिस पिछे कारण जमीनी विवाद दसिया जा रहा है। मकान नूं लै के कोई घर च लड़ाई चल रही सी, जिस तों बाद पोते वालों दादा दादी नूं कमरे विच बंद करके उन्हां दा कतल कर दिता। फिर खुद ही फोन करके उस वालों अपने मापियां नूं सूचना दिती गई। हुण इस सारे मामले नूं बयान करदिआं गुआंढियां ने की कहा, आओ सुनदे हां। इह जी उरे सानूं इनफॉर्म कीता अपने पंचायत मैंबर आ जी गुरप्रीत सिंह, इही वार्ड दा, तें उन्हां ने कीता, उह कहिंदे वी उरे वी मर्डर होया, ਵੀ ਇਹਨਾਂ ਦਾ ਪਹਿਲਾਂ ਵੀ ਡਿਸਪਿਊਟ ਚੱਲਦਾ ਸੀਗਾ ਕਾਫੀ ਟਾਈਮ ਦਾ। ਹਾਂਜੀ, ਅਤੇ ਉਹਦੇ ਕਰਕੇ ਮੈਂ ਜਦੋਂ ਉੱਥੋਂ ਜਦੋਂ ਆਇਆ ਤਾਂ ਉਰੇ ਆ ਕੇ ਦੇਖਿਆ ਤਾਂ ਕਾਫੀ ਮਾਹੌਲ ਵਿਗੜਿਆ ਹੋਇਆ ਸੀਗਾ ਜੀ ਉਰੇ। ਅਤੇ ਇਹ ਦਰਸ਼ਨ ਸਿੰਘ ਸੀਗੇ, ਇੱਕ ਉਹਨਾਂ ਦੀ ਵਾਈਫ ਸੀਗੀ ਜੀ। ਮਰਡਰ ਕਿਹਨੇ ਕੀਤਾ ਜੀ? ਅਤੇ ਉਹਨਾਂ ਦਾ ਪੋਤਾ ਸੀਗਾ ਜੀ, ਜਿਵੇਂ ਹੁਣ ਕਹਿਣ ਦੇ ਮੁਤਾਬਕ ਜੀ, ਬਾਕੀ ਹੁਣ ਕੋਰਟ ਡਿਸਾਈਡ ਕਰੂਗਾ ਜੀ। ਹਾਂਜੀ ਹਾਂਜੀ, ਜਿਹੜਾ ਪੋਤਾ ਸੀ ਉਹਦਾ ਕੀ ਨਾਮ ਸੀਗਾ ਜੀ? ਉਹਨਾਂ ਦਾ ਪੋਤਾ ਮਨਪ੍ਰੀਤ ਸਿੰਘ ਸੀਗਾ ਜੀ, ਥਿੰਕ ਨਾਮ ਜੀ। ਹਾਂਜੀ, ਕਿੰਨੀ ਉਮਰ ਸੀ? ਤਕਰੀਬਨ 18 ਸਾਲ ਤੋਂ ਥੱਲੇ ਸੀਗੀ, 16-17 ਸਾਲ ਹੋ ਗਈ ਜੀ। ਝਗੜੇ ਨੂੰ ਮੰਨ ਕੇ ਵੀ ਜਿਹੜਾ ਝਗੜਾ ਸੀਗਾ ਇਹਨਾਂ ਦਾ ਪਹਿਲਾਂ ਤੋਂ ਚੱਲਦਾ ਸੀ? ਹਾਂਜੀ, ਇਹਨਾਂ ਦਾ ਕਾਫੀ ਟਾਈਮ ਦਾ ਝਗੜਾ ਚੱਲਦਾ ਸੀਗਾ ਜੀ, ਇਹਨਾਂ ਦਾ ਆਪਣੇ ਪ੍ਰੋਪਰਟੀ ਨੂੰ ਲੈ ਕੇ, ਮੀਨਸ ਜਿਵੇਂ ਘਰ ਨੂੰ ਲੈ ਕੇ। ਹਾਂਜੀ, ਤੇ ਉਸ ਤਹਿਤ ਇਹਨੇ ਜਿਹੜਾ ਇਹਨਾਂ ਪੋਤੇ ਨੇ ਆਪਣੇ ਦਾਦਾ ਪੁੱਤ ਦਾ ਜਿਹੜੇ ਦਾਦਾ ਦਾ ਪੁੱਤ ਦਾ। ਹਾਂਜੀ, ਇਹ ਨੀਲੋਂ ਪੁੱਤੇ ਜੀ ਆਪਣੇ ਘਰ ਦੇ ਵਿੱਚ ਰਹਿੰਦੇ ਸੀ, ਅਤੇ 3-4 ਮਹੀਨੇ ਤੋਂ ਇੱਥੋਂ ਘਰ ਤੋਂ ਬਾਹਰੇ ਰਹਿੰਦੇ ਸੀ। ਅੱਜ ਦੁਪਹਿਰੇ 12:00 ਇਹ ਜਿਹਨਾਂ ਦਾ ਕਤਲ ਹੋਇਆ ਉਹ ਆਏ ਸੀ, ਅਤੇ ਘਰ ਦੇ ਵਿੱਚ ਪੋਤਾ ਔਰ ਪੋਤੀ ਸੀਗੇ, ਅਤੇ ਪੋਤੇ ਨੇ ਇਹਨਾਂ ਨੂੰ ਕਮਰੇ 'ਚ ਬੰਦ ਕਰਕੇ ਇਹ ਵਾਰਦਾਤ ਕੀਤੀ। ਕਿੰਨੀ ਕੁ ਉਮਰ ਸੀਗੀ ਜੀ ਜੋੜੇ ਦੀ? ਇਹ ਤਾਂ ਜੀ 70-75 ਦੇ ਕਰੀਬ ਹੋ ਗਿਆ ਜੀ। ਜਿਹਨੇ ਇਹਨਾਂ ਦਾ ਕਤਲ ਕੀਤਾ ਇਹਨਾਂ ਦਾ ਪੋਤਾ ਲੱਗਦਾ, ਉਹਦੀ ਕਿੰਨੀ ਉਮਰ ਸੀ? ਉਹਦੀ ਹੋਊਗੀ 18-20 ਸਾਲ ਦੀ, 11ਵੀਂ ਦਾ ਕਰਦਾ ਜੀ, +2 ਕਰਦੇ, 1 'ਚ ਆ ਗਏ, +1 'ਚ। ਹਾਂਜੀ ਹਾਂਜੀ, ਕਿੱਦਾਂ ਵੀ ਪੁਰਾਣਾ ਕੋਈ ਇਹਨਾਂ ਦਾ ਝਗੜਾ ਜੀ? ਇਹਨਾਂ ਦਾ ਆਪਸ ਵਿੱਚ ਆਪਣੀ ਜਗ੍ਹਾ ਦਾ ਜੀ ਰੌਲਾ ਪੁੱਛਣਾ, ਘਰ ਦੇ ਵਿੱਚ ਆਮ ਕਲੇਸ਼ ਰਹਿੰਦਾ ਸੀ ਇਹਨਾਂ ਦਾ। ਹਾਂਜੀ, ਪਹਿਲਾਂ ਵੀ ਕੋਈ ਝਗੜਾ ਸਾਹਮਣੇ ਆਇਆ ਇਹਨਾਂ ਦਾ? ਪਹਿਲਾਂ ਵੀ ਪੁਲਿਸ ਰਿਪੋਰਟਾਂ ਹੋਈਆਂ ਜੀ। ਹਾਂਜੀ, ਪੁਲਿਸ ਦੇ ਵਿੱਚ ਇਹਨਾਂ ਕੇਸ ਚੱਲਦੇ, 57 ਹੋਈਆਂ ਉਹਨਾਂ ਦੀਆਂ, ਪਹਿਲਾਂ ਵੀ ਕੇਸ ਚੱਲਦੇ ਨੇ ਇਹਨਾਂ ਦੇ। ਉਧਰ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਇਹ ਅੱਜ ਲਾਲ ਕਲਾਂ ਦੇ ਵਿੱਚ ਸਾਨੂੰ ਪਤਾ ਲੱਗਿਆ ਸੀਗਾ ਕਿ ਮਨਪ੍ਰੀਤ ਸਿੰਘ ਨਾਂ ਦੇ ਲੜਕੇ ਨੇ ਆਪਣਾ ਦਾਦਾ ਔਰ ਦਾਦੀ ਜਿਹੜਾ ਸੀਗਾ ਨਾਲ, ਉਹਨਾਂ ਦਾ ਇਹਨੇ ਤੇਜ਼ ਸਰ ਹਥਿਆਰਾਂ ਦੇ ਨਾਲ ਉਹਦਾ ਕਤਲ ਕੀਤਾ। ਅਤੇ ਇਹਨੇ ਹੀ ਮੁੜ ਕੇ ਫੋਨ ਕੀਤਾ ਵੀ ਮੈਂ ਕਰਕੇ ਆਪਣੀ ਦਾਦੀ ਔਰ ਦਾਦੇ ਦਾ ਕਤਲ ਕੀਤਾ। ਉਸ ਆਧਾਰ 'ਤੇ ਇੱਥੇ ਪਹੁੰਚੇ ਹਾਂ, ਜਿਹੜਾ ਸੁਰਿੰਦਰ ਕੌਰ ਦੀ ਮਾਤਾ ਸੀ, ਦਰਸ਼ਨ ਸਿੰਘ ਦਾ ਦਾਦਾ ਸੀਗਾ, ਉਹਨਾਂ ਦੋਵਾਂ ਦਾ ਇਹਨੇ ਕੁਹਾੜੀਆਂ ਗਣਾਸੀਆਂ ਮਾਰ ਕੇ ਉਹਨਾਂ ਦਾ ਕਤਲ ਕੀਤਾ ਹੋਇਆ। ਉਹ ਡੈੱਡ ਬੋਡੀਆਂ ਸੀ, ਹੁਣ ਕਬਜ਼ੇ 'ਚ ਲਈਆਂ ਨੇ। ਬਾਕੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਪਤਾ ਲੱਗੂ ਕੀ ਕੁਛ ਹੋਇਆ, ਕਿਹੜੀ ਗੱਲੋਂ ਇਹਦਾ ਮਰਡਰ ਨੂੰ ਕਰਨਾ ਪਿਆ। ਸਰ, ਮੁੱਢਲੀ ਜਿਹੜੀ ਤੁਹਾਡੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ? ਪਰਿਵਾਰ ਦਾ ਝਗੜਾ ਚੱਲਦਾ ਸੀ ਆਪਸ ਵਿੱਚ, ਜਾਇਦਾਦ ਨੂੰ ਲਾ ਕੇ ਲਾ ਲਓ, ਜਾਂ ਇੱਕ ਕਮਰਾ ਛੋਟਾ ਜਿਹਾ ਇਹਨਾਂ ਕੋਲ ਹੈਗਾ, ਇੱਕ ਕਮਰੇ ਵਿੱਚ ਇਹਦਾ ਜਿਹੜਾ ਹੈਗਾ ਜਤਿੰਦਰਪਾਲ ਮੁੰਡਾ ਆਪਣੇ ਪਰਿਵਾਰ ਸਮੇਤ ਰਹਿ ਰਿਹਾ, ਇੱਕ ਕਮਰੇ ਵਿੱਚ ਇਹਦਾ ਮਾਂ ਪਿਓ ਜਿਹੜਾ ਹੈਗਾ ਦਰਸ਼ਨ ਅਤੇ ਸੁਰਿੰਦਰ ਕੌਰ ਇਹ ਰਹਿੰਦੇ ਸੀਗੇ। ਇਹਦਾ ਆਪਸ ਵਿੱਚ ਤਕਰਾਰ ਚੱਲਦਾ ਸੀਗਾ, ਉਸ ਤਕਰਾਰ ਨੂੰ ਲੈ ਕੇ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਹੋਈ ਹੈ। ਬਾਕੀ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਵੀ ਕੀ ਗੱਲ ਹੋਈ, ਕਿਹੜੀ ਗੱਲ ਹੋਈ। ਇਹਨਾਂ ਵੱਲੋਂ ਝਗੜਾ ਹੋਇਆ ਸੀ ਉਸ ਦੌਰਾਨ, 57 ਦੋਨਾਂ ਪਾਰਟੀਆਂ ਦੀ ਹੋਈ ਹੈ। 302 ਦਾ ਦੋਸ਼ੀ ਹਿਰਾਸਤ 'ਚ ਲੈ ਰਿਹਾ ਤੁਸੀਂ? ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ, ਤਾਕਤ, ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ, ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ? ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ, ਨਿਰਾਸ਼ ਹੋ ਚੁੱਕੇ ਹੋ, ਪਰੇਸ਼ਾਨ ਰੋਗੀ ਅੱਜ ਹੀ ਸੰਪਰਕ ਕਰਨ, ਉਮਰ ਹੋਵੇ 25 ਜਾਂ 80।
ਹੁਣ ਹੋਵੇਗਾ ਪੱਕਾ ਇਲਾਜ। ਦਰ ਦਰ ਨਾ ਭਟਕੋ। ਕਾਂਤ, ਸ਼ਿਗਰ ਪਤਨ, ਕੱਟ ਸ਼ਕਰਾਣੂ, ਸੁਪਨ ਦੋਸ਼, ਨਾ ਮਰਦੀ, ਮਰਦਾਨਾ ਕਮਜ਼ੋਰੀ, ਇੱਕ ਵਾਰ ਜ਼ਰੂਰ ਅਜ਼ਮਾਓ। ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਵਰਮਾ ਦਵਾਖਾਨਾ, ਨੀਅਰ ਨਾਈਆਂ ਵਾਲਾ ਚੌਂਕ, ਫਗਵਾੜਾ। ਮੋਬਾਈਲ ਨੰਬਰ 9850 6460, 9850 6460।